ਡਰਾਮੇ ਬਹੁਤ ਵਧੀਆ ਕਰਦਾ, ਮੈਂ ਵੀਡੀਓ ਦੇਖੀ ਆ, ਕੰਨ ਤੇ ਫੋਨ ਲਾ ਲੈਂਦਾ, ਐਂ ਕਰੀ ਜਾਂਦਾ, ਉਹ ਕਰੀ ਜਾਂਦੀ, ਮੈਂ ਬਹੁਤ ਪਰੇਸ਼ਾਨ ਆ। 40-45 ਸਾਲ ਉਮਰ ਹੈ, ਬੰਦਾ ਵੈਸੇ ਵੀ ਦੇਖਦਾ ਕਿ ਚੱਲ ਯਾਰ ਸੀਨੀਅਰ ਬੰਦਾ ਆ, ਇੱਦਾਂ ਤਾਂ ਗਲਤ ਕੰਮ ਨਹੀਂ ਕਰੂਗਾ, ਪਰ ਇਹ ਬੜਾ ਪ੍ਰੋਫੈਸ਼ਨਲ ਹੈ। ਪ੍ਰੋਫੈਸ਼ਨਲ ਆ ਸਰ ਜੀ, ਕਹਿੰਦਾ ਮੈਂ ਸਟੈਂਟ ਪੜਿਆ ਜੀ ਜਲੰਧਰ ਜਲੰਧਰ ਦਾ ਸਕੂਟਰੀ ਚੋਰੀ ਕਰਦਾ ਹੈ, ਬੱਸ ਵਿੱਚ ਆ ਕੇ ਤੇ ਸਕੂਟਰੀ ਚੱਕ ਕੇ ਲੈ ਜਾਂਦੇ ਆ, ਟਰਾਈ ਕਰਦਾ ਚਾਬੀ ਜਿਹਦੇ ਜਿਹਨੂੰ ਲੱਗੇ ਉਹੀ ਖੁੱਲ ਗਿਆ, ਲੋਕ ਉਹੀ ਚੱਕ ਕੇ ਤੁਰ ਪੈਂਦਾ। ਅੱਛਾ, ਮੇਰੇ ਕੋਲ ਚਾਬੀਆਂ ਹੈਗੀਆਂ ਆ, ਆਪ ਦੱਸ। ਹਾਂਜੀ, ਉਹਨੇ ਆਪ ਗੁੱਛਾ ਚਾਬੀਆਂ ਨਾ ਉਹਨਾਂ ਨੇ ਫੜਾਇਆ ਅੰਦਰ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ 2000 ਦੇ ਸਿਰ ਵਿੱਚ ਤੁਸੀਂ ਉੱਦਾਂ ਕਹਿ ਦਿੰਦੇ ਆ ਨਾ, ਆਪਾਂ ਤੈਨੂੰ ਉੱਦਾਂ ਦੇ ਦਿੰਦੇ, ਤੂੰ ਸਕੂਟਰੀ ਵੇਚਣੀ, ਤੈਨੂੰ ਪਤਾ ਸੀ ਕਿੰਨੇ ਮੁਸ਼ਕਲ ਨਾਲ ਲਈ ਆ, ਤੂੰ ਵੇਚਿਆ ਆ, ਕਹਿੰਦਾ ਮੇਰਾ ਸਟੰਟ ਪਿਆ ਹੋਇਆ ਆ। ਸਤਿ ਸ਼੍ਰੀ ਅਕਾਲ, ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ ਸਾਥੀ। ਉਸ ਸਮੇਂ ਅਸੀਂ ਬੰਗਾ ਸਿਟੀ ਥਾਣੇ ਦੇ ਬਾਹਰ ਮੌਜੂਦ ਹਾਂ। ਪਰਸੋਂ ਆ ਲੜਕੀ ਦੀ ਆਪਾਂ ਵੀਡੀਓ ਤੁਹਾਡੇ ਨਾਲ ਜਨਤਕ ਕੀਤੀ ਸੀਗੀ, ਇਹਨਾਂ ਦੀ ਸਕੂਟੀ ਰਾਜਾ ਹੋਸਪਿਟਲ ਤੋਂ ਚੱਕੀ ਗਈ ਸੀ, ਉਦੋਂ ਹੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਦੋਂ ਵੀਡੀਓ ਪੀਪੀ ਪੱਤੀ 'ਤੇ ਪੈ ਜਾਂਦੀ ਆ, ਜਿਹੜੇ ਸਾਡੇ ਪਰਿਵਾਰਕ ਮੈਂਬਰ ਆ ਉਹ ਸਾਥ ਦਿੰਦੇ ਆ, ਔਰ ਅੱਜ ਜਿਹੜਾ ਉਹ ਚੋਰ ਆ ਪਛਾਣਿਆ ਗਿਆ, ਔਰ ਤੁਹਾਨੂੰ ਪੂਰੀ ਸੱਚਾਈ ਦੱਸਾਂਗੇ, ਪੂਰੀ ਡਿਟੇਲ ਦੱਸਾਂਗੇ, ਕਿੱਥੋਂ ਆਉਂਦਾ ਸੀ, ਕੀ ਨਾਮ ਹੈ, ਕਿਵੇਂ ਚੋਰੀਆਂ ਕਰਦਾ, ਕਿਹਨੂੰ ਜਾ ਕੇ ਵੇਚਦਾ, ਜੋ ਸਾਨੂੰ ਇੱਥੋਂ ਜਾਣਕਾਰੀ ਪ੍ਰਾਪਤ ਹੋਈ ਹੈ ਇਹਨਾਂ ਦੇ ਕਹਿਣ ਦੇ ਆਧਾਰ 'ਤੇ, ਔਰ ਅੰਦਰ ਵੀ ਜਿਹੜੀ ਮੈਂ ਥਾਣੇ ਦੇ ਅੰਦਰ ਜਾ ਕੇ ਵੀ ਚੋਰ ਤੋਂ ਜਿਹੜਾ ਮੈਂ ਸਵਾਲ ਲਿਖ ਲਿਆ, ਅਸੀਂ ਉਹਨੂੰ ਵੀਡੀਓਗ੍ਰਾਫੀ ਤਾਂ ਨਹੀਂ ਕਰ ਪਾਏ, ਲੇਕਿਨ ਮੈਂ ਸਵਾਲ ਜ਼ਰੂਰ ਲਿਆ, ਉਹ ਵੀ ਦੱਸਾਂਗੇ ਉਹਨੇ ਕੀ ਕਿਹਾ। ਪਰ ਅੱਜ ਚੋਰ ਜਿਹੜੀ ਆਹ ਸਕੂਟੀ ਬੰਗਿਆਂ ਤੋਂ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਤੁਹਾਨੂੰ ਜਾਣਕਾਰੀ ਸਾਂਝੀ ਕਰਦੀ ਹੈ ਜੋ ਸਾਡੇ ਤੱਕ ਪਹੁੰਚੀ ਹੈ ਕਿ ਚੋਰ ਇਹਦਾ ਨਾਮ ਗੁਲਸ਼ਨ ਕੁਮਾਰ ਹੈ, 40-45 ਸਾਲ ਦੇ ਆਸ ਪਾਸ ਇਹਦੀ ਉਮਰ ਹੈ, ਔਰ ਜਲੰਧਰੋਂ ਬੱਸ 'ਤੇ ਆਉਂਦਾ ਸੀ, ਕਦੀ ਨਵਾਂ ਸ਼ਹਿਰ, ਕਦੀ ਬੰਗਾ, ਕਦੀ ਬਲਾਚੌਰ, ਕਦੀ ਗੜਸ਼ੰਕਰ ਆਉਂਦਾ ਸੀ, ਸਕੂਟੀ ਚੱਕ ਕੇ ਲੈ ਜਾਂਦਾ ਸੀ, ਅੱਜ ਇਹ ਕਚਹਿਰੀਆਂ 'ਚੋਂ ਆ ਸਕੂਟੀ ਚੱਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤਸਵੀਰਾਂ ਤੁਹਾਡੀ ਸਕਰੀਨ 'ਤੇ ਚੱਲ ਰਹੀਆਂ, ਜਦੋਂ ਇਹਨੂੰ ਇੱਕ ਨੌਜਵਾਨ ਨੇ ਫੜਿਆ, ਸਾਡੇ ਪਰਿਵਾਰਕ ਮੈਂਬਰ ਨੇ ਫੜਿਆ, ਸਾਡੇ ਮੈਂ ਵਿਊਅਰ ਤਾਂ ਕਹਿੰਦਾ ਨਹੀਂ, ਪਰਿਵਾਰਕ ਮੈਂਬਰ ਹੀ ਕਹਿੰਦਾ, ਉਹਨਾਂ ਨੇ ਕਾਲ ਕੀਤੀ, ਉਹਨਾਂ ਨੂੰ ਦੁਆਰ ਦੀ ਤਸਵੀਰ ਭੇਜੀ, ਕਨਫਰਮ ਕੀਤਾ, ਉਸ ਤੋਂ ਬਾਅਦ ਉਹਨੇ ਰੰਗੇ ਹੱਥੀ ਇਸ ਚੋਰ ਨੂੰ ਫੜ ਲਿਆ, ਸਿਟੀ ਥਾਣੇ ਬੰਗਾ ਲਿਆਂਦਾ ਗਿਆ। ਆ ਲੜਕੀ ਦੀ ਸਕੂਟੀ ਜਿਹੜੀ ਆ ਪਰਸੋਂ ਚੱਕ ਹੋਈ ਸੀਗੀ, ਉਸ ਟਾਈਮ ਬਹੁਤ ਪਰੇਸ਼ਾਨ ਸੀ, ਹੁਣ ਵੀ ਪਰੇਸ਼ਾਨ ਹੈ, ਔਰ ਜਿਹੜੀ ਗੱਲ ਹੁਣ ਸਾਹਮਣੇ ਆਈ ਹੈ, ਜੋ ਅੰਦਰ ਪੁਲਿਸ ਨੇ ਪੁੱਛਗਿੱਛ ਕੀਤੀ ਆ, ਤਾਂ ਇਸ ਚੋਰ ਨੇ ਕਬਾੜੀਏ ਦਾ ਨਾਮ ਦੱਸ ਦਿੱਤਾ, ਜਲੰਧਰ ਜਾ ਕੇ ਕਬਾੜੀਏ ਨੂੰ ਸਕੂਟੀਏ ਵੇਚ ਗਿਆ, ਮਤਲਬ ਜਲੰਧਰੋਂ ਬੱਸ ਚੜ੍ਹ ਕੇ ਆਉਂਦਾ, ਇੱਥੋਂ ਸਕੂਟੀ ਲੈ ਕੇ ਜਲੰਧਰ ਜਾ ਕੇ ਵੇਚਦਾ, ਔਰ ਕਹਿੰਦਾ ਇਹ ਹੈ ਕਿ ਮੈਂ ਸਿਰਫ 2000 'ਚ ਜਿਹੜੀ ਕਬਾੜੀਏ ਨੂੰ ਸਕੂਟੀ ਵੇਚੀ, ਮਤਲਬ ਕੌਡੀਆਂ ਦੇ ਭਾਅ 'ਤੇ। ਮੈਂ ਅੰਦਰ ਉਤੋਂ ਸਵਾਲ ਲਿਆ ਥਾਣੇ ਦੇ ਅੰਦਰ, ਮੈਂ ਕਿਹਾ ਵੀ ਇਹ ਕੰਮ ਕਿਉਂ ਕਰਦਾ, ਤੈਨੂੰ ਸ਼ਰਮ ਆਉਂਦੀ ਹੈ? ਕਹਿੰਦਾ ਜੀ ਮੇਰੇ ਸਟੰਟ ਪਿਆ, ਤਰਕ ਦੇਖੋ, ਕਹਿੰਦਾ ਮੇਰੇ ਸਟੰਟ ਪਿਆ ਤਾਂ ਮੈਂ ਦਵਾਈ ਲੈਣ ਕਰਕੇ ਮਾੜਾ ਕੰਮ ਕਰਦਾ। ਉਸ ਤੋਂ ਬਾਅਦ ਹੋਰ ਵੀ ਤਸਵੀਰਾਂ ਸਾਡੇ ਤੋਂ ਪਹੁੰਚੀਆਂ, ਇਹਨੇ ਜਲੰਧਰ, ਇਹਨੇ ਫਗਵਾੜੇ ਤੋਂ ਵੀ ਸਕੂਟੀ ਚੱਕੀ ਹੈ, ਨਵਾਂ ਸ਼ਹਿਰ ਵਿਸ਼ਕਰਮਾ ਮੰਦਿਰ ਤੋਂ ਵੀ ਚੱਕੀ ਆ, ਇੱਕ ਵੀਰ ਜੀ ਸਾਗਰ ਗੇਟ ਦੀ ਵੀ ਗੱਲ ਕਰ ਰਹੇ ਆ, ਤਾਂ ਇਹ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨੁਕਸਾਨ ਪਹੁੰਚਾ ਚੁੱਕਾ, ਬਹੁਤ ਸਾਰੇ ਪੀੜਤ ਇੱਥੇ ਮੌਜੂਦ ਨੇ, ਔਰ ਬੇਨਤੀ ਇਹਨਾਂ ਦੀ ਇਹੀ ਹੈ ਪ੍ਰਸ਼ਾਸਨ ਅੱਗੇ, ਸਰਕਾਰ ਅੱਗੇ, ਮਾਣਯੋਗ SSP ਸਾਹਿਬ ਅੱਗੇ, ਕਿ ਇਹ ਚੋਰ ਜਿਹੜੇ ਕਬਾੜੀਆਂ ਨੂੰ ਜਾ ਕੇ ਸਕੂਟੀਆਂ ਵੇਚਦਾ, ਉੱਥੋਂ ਰਿਕਵਰੀ ਹੋਣੀ ਚਾਹੀਦੀ ਤਾਂ ਜੋ ਇਹਨਾਂ ਦੀ ਸਕੂਟੀਆਂ ਨੂੰ ਵਾਪਸ ਮਿਲੇ। ਆਹ ਦਿਖਾ ਦਿਓ ਲੜਕੀ ਦਾ ਵਿਜੇ ਹਾਲ, ਇਹ ਕਹਿੰਦੇ ਸਾਡਾ ਇੱਕੋ ਹੀ ਇੱਕ ਸਾਧਨ ਸੀਗਾ, 2000 ਰੁਪਏ 'ਚ ਵੇਚਤਾ, ਕਿ ਇਹੀ ਇਹਨਾਂ ਦੀ ਵੈਲਿਊ ਆ, ਕਿ ਇਹੀ ਕੀਮਤ ਹੈ? ਬਾਈ ਜੀ ਤੋਂ ਪੁੱਛਦਾ ਆਈਏ, ਕੋਈ ਤਸਵੀਰ ਤਾਂ ਸਾਡੇ ਕੋਲ ਹੈਗੀ ਆ, ਸਵੇਰੇ ਕੀ ਹੋਇਆ ਜੀ? ਸਰ ਵਾਕਿਆ ਸਰ ਜਦੋਂ ਸਕੂਟੀ ਸੀ ਨਾ, ਜਿਹੜਾ ਇੱਕ ਮੁੰਡੇ ਹੋਰ ਨੇ ਦੇਖਿਆ, ਉਹਨੂੰ ਦੂਜੀ ਸਕੂਟੀ 'ਤੇ ਬੈਠਾ ਆ, ਉਸ ਤੋਂ ਆ ਕੇ ਇਸ ਸਕੂਟੀ 'ਤੇ ਬਹਿ ਗਿਆ, ਮੁੰਡਾ ਵੀ ਭਲਵਾਨ ਸੀ, ਵਧੀਆ ਸੀ ਮੁੰਡਾ, ਅਤੇ ਅਸੀਂ ਅੰਦਰ ਸੀਗੇ, ਤਾਂ ਜਦੋਂ ਸਕੂਟੀ ਚਾਬੀ ਨਾਲ ਦੇਖੀਆਂ, ਉਹ ਕਹਿੰਦਾ ਪਹਿਲਾਂ ਇਸ ਸਕੂਟੀ ਬੜਾ ਭੇਜ 'ਤੇ ਬਹਿ ਗਿਆ, ਇੱਥੇ ਫਿਰ ਜਦ ਦੇਖਿਆ ਵੀ ਸਾਡੇ ਤਾਂ ਮੇਰੀ ਭਰਜਾਈ ਸਕੂਟਰੀ ਆ, ਜਦ ਨੂੰ ਨਾਲੇ ਆ ਕੇ ਫਿਰ ਮੁੰਡੇ ਫੜਿਆ, ਫਿਰ ਭਰਜਾਈ ਉਹਨਾਂ ਨੇ ਆਵਾਜ਼ ਮਾਰ ਲਈ, ਫੇਸ ਕਰਕੇ ਸਕੂਟੀ ਉਹ ਤੋਂ ਛੁਡਾਈ ਅਸੀਂ, ਉਹ ਕਰਕੇ ਬਿਠਾਣੀ ਇਹਨੂੰ। ਡਰਾਮੇ ਬਹੁਤ ਵਧੀਆ ਕਰਦਾ, ਮੈਂ ਵੀਡੀਓ ਦੇਖੀ ਆ, ਕੰਨ 'ਤੇ ਫੋਨ ਲਾ ਲੈਂਦਾ, ਐਂ ਕਰੀ ਜਾਂਦਾ, ਉਹ ਕਰੀ ਜਾਂਦੀ, ਮੈਂ ਬਹੁਤ ਪਰੇਸ਼ਾਨ ਆ, 40-45 ਸਾਲ ਉਮਰ ਹੈ, ਬੰਦਾ ਵੈਸੇ ਵੀ ਦੇਖਦਾ ਕਿ ਚੱਲ ਯਾਰ ਸੀਨੀਅਰ ਬੰਦਾ ਆ, ਇੱਦਾਂ ਤਾਂ ਗਲਤ ਕੰਮ ਨਹੀਂ ਕਰੂਗਾ, ਪਰ ਇਹ ਬੜਾ ਪ੍ਰੋਫੈਸ਼ਨਲ ਆ। ਪ੍ਰੋਫੈਸ਼ਨਲ ਆ ਸਰ ਜੀ,
ਕਹਿੰਦਾ ਮੈਂ ਸਟੈਂਡ ਪਿਆ ਮੈਂ ਇੱਦਾਂ, ਮੈਂ ਕਿਹਾ ਵੀਡੀਓ ਬਹੁਤ ਪਾਉਂਦੇ ਆ ਲੋਕ ਵੀ ਬਹੁਤ ਸੇਵਾ ਕਰਦੇ ਆ, ਬਹੁਤ ਦਾਨੀ ਹੈਗੇ ਆ। ਆ ਜਿਹੜੀ ਸਕੂਟੀ ਲਈ ਆ ਭਾਈ, ਇਹ ਦੇਖੋ ਦਿਹਾੜੀਆਂ ਕਰਦਾ ਬੰਦਾ, ਦਿਹਾੜੀਆਂ ਕਰਕੇ 100,000 ਰੁਪਏ ਸਕੂਟੀ ਪੈਂਦੀ ਭਾਜੀ, ਕਿੰਨਾ ਚੱਲ ਜਾਂਦਾ। ਇਹ 2000 ਦੀ ਸਕੂਟੀ ਵੇਚਦਾ ਜੀ। ਨੱਥ ਤੋਂ ਕਬਾੜੀਆਂ ਨੂੰ ਪੈਣੀ ਚਾਹੀਦੀ ਜਿਹੜਾ ਇਹਨੂੰ ਉਕਸਾਉਂਦਾ ਆ, ਇਹਨੂੰ ਉਤਸ਼ਾਹਿਤ ਕਰਦਾ ਆ। ਸਰ ਕਬਾੜੀਆਂ ਨੂੰ, ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੀਦਾ ਜਿਹੜੇ ਕੰਮ ਕਰਦੇ ਇਹਨਾਂ ਦੇ ਨੱਥ ਪਾਓ ਪਹਿਲਾਂ। ਦੇਖੋ ਹੁਣ ਤਾਂ ਚੇਨ ਹੱਥ ਆ ਗਈ ਆ, ਅਸੀਂ ਚਾਹੁੰਦੇ ਵੀ ਜਿਹੜਾ ਕਬਾੜੀਆ ਜਿਹੜਾ ਇਹਦੀਆਂ ਸੂਟਾਂ ਰੱਖੀਦਾ ਉਹਦੇ ਕੋਲ ਰਿਕਵਰੀ ਕਰਾ ਕੇ ਉਹਨੂੰ ਵੀ ਅੰਦਰ ਕੀਤਾ ਜਾਵੇ, ਜਲੰਧਰੋਂ ਸਕੂਟਰੀਆਂ ਚੱਕਦਾ ਜਾ ਕੇ ਜਲੰਧਰ ਵੇਚਦਾ ਹੈਗਾ, ਬੱਸ ਵਿੱਚ ਆ ਕੇ ਸਕੂਟਰੀ ਚੱਕ ਲੈਂਦੇ ਆ, ਟਰਾਈ ਕਰਦਾ ਚਾਬੀ ਜਿਹਨੂੰ ਲੱਗ ਗਈ ਉਹੀ ਖੁੱਲ ਗਿਆ, ਲੋਕ ਉਹੀ ਚੱਕ ਕੇ ਤੁਰ ਪੈਂਦਾ। ਅੱਛਾ ਤਰੀਕਾ ਇੱਕੋ ਹੀ ਆ, ਕੰਨ ਨੂੰ ਫੋਨ ਲਾ ਲੈਂਦਾ, ਇੱਧਰ ਉੱਧਰ ਜਾਈ ਜਾਂਦਾ, ਤੁਰੀ ਜਾਂਦਾ, ਐਂ ਲੱਗਦਾ ਕੋਈ ਬੰਦਾ ਪਰੇਸ਼ਾਨ ਹੈ, ਜਦੋਂ ਦੇਖਦਾ ਕੋਈ ਚਲੇ ਗਿਆ ਉਸੇ ਵੇਲੇ ਸੁਣਨੀ ਸਕੂਟੀ ਤਾਂ ਟਰਾਈ ਕਰਦਾ ਜੀ। ਹਰੇਕ ਟਰੱਕ ਚਾਬੀ ਲਾਉਂਦਾ ਆ, ਜਿਹਦੀ ਖੁੱਲ ਗਿਆ ਸਕੂਟਰ ਲੋਕ ਉਹਦੇ ਵਿੱਚ ਲੈ ਕੇ ਨੜ ਜਾਂਦਾ। ਮੇਰੇ ਕੋਲ ਚਾਬੀਆਂ ਹੈਗੀਆਂ ਆ, ਆਪ ਦੱਸਾਂ ਜੀ, ਉਹਨੇ ਆਪ ਗੁੱਛਾ ਚਾਬੀਆਂ ਦਾ ਉਹਨਾਂ ਨੇ ਫੜਾਇਆ ਅੰਦਰ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ 2000 ਦੇ ਸਿਰ ਵਿੱਚ ਤੁਸੀਂ ਉੱਦਾਂ ਕਹਿ ਦਿੰਦੇ ਹਨਾ, ਆਪਾਂ ਤੈਨੂੰ ਉੱਦਾਂ ਦੇ ਦਿੰਦੇ, ਤੁਸੀਂ ਸਕੂਟਰੀ ਵੇਚਣੀ ਸੀ, ਤੈਨੂੰ ਪਤਾ ਸੀ ਕਿੰਨੇ ਮੁਸ਼ਕਲ ਨਾਲ ਲਈ ਆ, ਤੂੰ ਵੇਚਿਆ ਆ। ਕਹਿੰਦਾ ਮੇਰਾ ਸਟੰਟ ਪਿਆ ਹੋਇਆ ਆ, ਮੈਂ ਰਿਸ਼ਤੇਦਾਰਾਂ ਨੂੰ ਕਹਿੰਦਾ ਆ ਮੈਨੂੰ ਕੋਈ ਦਿੰਦਾ ਨਹੀਂ, ਪੈਸੇ ਨਹੀਂ ਦਿੰਦਾ, ਮੈਂ ਤਾਂ ਵੇਚਦਾ ਹਨਾ। ਇਹ ਚੀਜ਼ਾਂ ਤਾਂ ਪਿਛਲੇ 6 ਮਹੀਨੇ ਤੋਂ ਮੇਰੇ ਖਿਆਲ ਕਰ ਰਿਹਾ, ਤਸਵੀਰਾਂ ਸਾਡੇ ਕੋਲ ਫਗਵਾੜੇ ਦੀਆਂ ਵੀ ਆਈਆਂ ਜਿਹਦੇ ਵਿੱਚ ਸਰਦੀਆਂ ਦੇ ਕੱਪੜੇ ਨੇ ਪਾਏ ਹੋਏ ਆ, ਤਾਂ ਮਤਲਬ ਸਰਦੀਆਂ ਗਰਮੀਆਂ 6 ਦੀਆਂ 6 ਰੁੱਤਾਂ 'ਚ ਇਹ ਹੀ ਕੰਮ ਕਰਦਾ, ਰੁੱਤਾਂ ਬਦਲ ਜਾਂਦੀਆਂ ਲੇਕਿਨ ਇਹ ਮਾੜਾ ਅੰਸਰ ਨਹੀਂ ਬਦਲਦਾ। ਪਰ ਇਹਦੇ ਨਾਲ ਦੀ ਨਾਲ ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਆ ਮੈਡਮ ਇੱਥੇ ਹੀ ਆ, ਪਰਸੋਂ ਇਹਨਾਂ ਨੂੰ ਵੀ ਰੋਕਿਆ ਗਿਆ ਕਿ ਮੀਡੀਆ 'ਚ ਖਬਰ ਨਾ ਪਾਓ ਨਹੀਂ ਤਾਂ ਤੁਹਾਡਾ ਕੰਮ ਨਹੀਂ ਹੋਣਾ। ਪਰ ਜੇ ਇਹ ਮੀਡੀਆ 'ਚ ਖਬਰ ਨਾ ਪਾਉਂਦੇ ਕੀ ਇਹ ਚੋਰ ਫੜਿਆ ਜਾਂਦਾ? ਸਵਾਲ ਸਾਡਾ ਇਹੀ ਹੈ, ਇਹਨਾਂ ਨੂੰ ਰੋਕਿਆ ਗਿਆ ਕਿ ਮੀਡੀਆ 'ਚ ਖਬਰ ਨਹੀਂ ਪਾਣੀ ਨਹੀਂ ਤਾਂ ਤੁਹਾਡਾ ਕੰਮ ਨਹੀਂ ਹੋਣਾ। ਪਰ ਜੇ ਮੀਡੀਆ 'ਚ ਖਬਰ ਨਾ ਆਉਂਦੀ ਇਹਦੀ ਤਸਵੀਰ ਜਨਤਕ ਨਾ ਹੁੰਦੀ, ਜੇ ਸਵੀਰ ਨੇ ਇਸ ਚੋਰ ਨੂੰ ਫੜਿਆ ਉਹ ਕਿਵੇਂ ਫੜਦਾ? ਪਛਾਣਿਆ ਤਾਂ ਉਹਨੇ ਤਾਂ ਹੀ ਆ ਜੇ ਮੀਡੀਆ ਵਿੱਚ, ਅਸੀਂ ਤਾਂ ਸਹਿਯੋਗ ਕਰਦੇ ਹਾਂ। ਔਰ ਦੂਜੀ ਗੱਲ ਹੋਰ, ਜਦੋਂ ਇਹ ਫੜਿਆ ਗਿਆ ਤਸਵੀਰ ਸੋਰੀ ਇਹਦੀ ਸਾਹਮਣੇ ਆਉਂਦੀ ਆ, ਤਾਂ ਕਈ ਲੋਕ ਆਪਣੀਆਂ ਪਰਸਨਲ ਲਾਗ ਡਾਟਾ ਕੱਢਣ ਲਈ ਸਾਨੂੰ ਫੋਨ ਕਰਨ ਲੱਗ ਪਏ, ਇਹ ਤਾਂ ਜੀ ਫਲਾਨਾ ਆ, ਇਹ ਤਾਂ ਜੀ ਫਲਾਨਾ, ਜੇ ਅਨਟਿਲ ਵੈਰੀਫਾਈ ਨਹੀਂ ਹੁੰਦਾ ਅਸੀਂ ਚੋਰ ਨੂੰ ਨਹੀਂ ਫੜ ਸਕਦੇ, ਪਰ ਇਹ ਰੰਗੇ ਹੱਥੀ ਫੜਿਆ ਗਿਆ। ਹੁਣ ਤੁਹਾਡੀ ਮੁੱਖ ਡਿਮਾਂਡ ਕੀ ਹੈ ਜੀ SSP ਸਾਹਿਬ ਨੂੰ, ਕੀ ਤੁਸੀਂ ਅਪੀਲ ਕਰਨਾ ਚਾਹੁੰਦੇ? ਮੇਰੀ ਸਕੂਟਰੀ ਚਾਹੀਦੀ ਆ, ਜਿੱਦਾਂ ਮਰਜ਼ੀ ਜਿੱਥੋਂ ਮਰਜ਼ੀ ਲਿਆ ਕੇ ਦੇਵੇ, ਵੀ ਉਹ ਕੁਆੜੀਏ ਤੱਕ ਪਹੁੰਚੋ ਅਤੇ ਉਹ ਕੁਆੜੀਏ ਨੂੰ ਸਕੂਟਰੀ ਚਾਹੀਦੀ ਆ, ਬਸ ਜਿੱਦਾਂ ਮਰਜ਼ੀ ਸਾਨੂੰ ਸਕੂਟਰੀ, ਬਸ ਰਿਕਵਰੀ ਚਾਹੀਦੀ ਆ, ਸਕੂਟਰੀ ਚਾਹੀਦੀ ਸਾਨੂੰ। ਤੁਹਾਡਾ ਵਿਸ਼ਕਰਮਾ ਨਵਾਂ ਸ਼ਹਿਰ ਤੋਂ ਚੱਕੋ ਸਕੂਟੀ? ਹਾਂਜੀ ਹਾਂਜੀ, ਵਿਸ਼ਕਰਮਾ ਮੰਦਿਰ ਨਾਲ ਜੀ, ਥਿੰਦ ਪਲਾਜ਼ਾ, ਉੱਥੋਂ ਚੱਕ ਹੋਈ ਆ ਦਿਵਾਲੀ ਵਾਲੇ ਦਿਨ ਜੀ। ਹੁਣ ਤੁਹਾਡੀ ਕੀ ਡਿਮਾਂਡ ਹੈ ਜੀ, ਅਪੀਲ ਕੀ ਹੈ? ਅਪੀਲ ਤਾਂ ਇਹੀ, ਉਹਦਾ ਸਕੂਟਰ ਦਾ ਜਿੰਨਾ ਖਰਚਾ ਮਿਲਣਾ ਚਾਹੀਦਾ। ਹਾਂਜੀ ਉਹੀ ਉਹੀ ਆ, ਵੀਡੀਓ ਹੈਗੀ ਹਾਂਜੀ, ਕਬਾੜੀਆਂ ਨੂੰ ਪਤਾ ਲੱਗ ਗਿਆ ਕਿਹਨੂੰ ਵੇਚਦੇ ਆ, ਕਬਾੜੀਆਂ ਨੂੰ ਵੇਚਦੇ ਹਾਂਜੀ, ਉਹ 2000 ਦੀ ਵੇਚਦੇ ਚੱਕੋ ਇਹਨੇ ਤੁਹਾਡੀ। ਹਾਂਜੀ ਦਿਵਾਲੀ ਵਾਲੇ ਦਿਨ ਹੀ, ਦਿਵਾਲੀ ਵਾਲੇ ਦਿਨ ਹਾਂਜੀ ਹਾਂਜੀ, ਦਿਵਾਲੀ ਭਾਰੀ ਪੈ ਗਈ ਫਿਰ। ਹਾਂਜੀ ਹਾਂਜੀ, ਇਹਨੇ ਪਤਾ ਨਹੀਂ ਕਿੰਨੇ ਤੇ ਦਿਵਾਲੀ ਭਾਰੀ ਪਾਈ ਹੋਣੀ। ਬਿਲਕੁਲ ਜੀ ਬਿਲਕੁਲ। ਹੁਣ ਇਹ ਫੜ ਹੋ ਗਿਆ, ਚੇਨ ਜਿਹੜੀ ਆ ਡਿਸਮੈਂਟਲ ਹੋਣੀ ਚਾਹੀਦੀ ਆ। ਹਾਂਜੀ ਹਾਂਜੀ, ਕਿਉਂਕਿ ਚੇਨ ਬਹੁਤ ਤਕੜੀ ਹੈ ਇਹ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ, ਜਲੰਧਰੋਂ ਬੱਸ 'ਚ ਆਉਂਦਾ ਆ, ਆਪਣੀ ਮਨਚਾਹੀ ਸਕੂਟੀ ਚੱਕ ਕੇ ਲੈ ਜਾਂਦਾ, ਚਾਬੀਆਂ ਦਾ ਇਹਨੇ ਦੱਸਿਆ ਕਿ ਉਹਨਾਂ ਗੱਲ ਕੀਤੀ, ਕਹਿੰਦੇ ਗੁੱਛਾ ਆ ਮੇਰੇ ਕੋਲ, ਜਿਹੜੀ ਸਕੂਟੀ ਨੂੰ ਚਾਬੀ ਲੱਗੀ ਉਹ ਸਕੂਟੀ ਲੈ ਜਾਂਦਾ। ਚਲੋ, ਕਿੰਨੀਆਂ ਚਾਬੀਆਂ ਹੁਣ? 5 ਇਸ ਟਾਈਮ ਉਹਦੇ ਕੋਲ ਹੀ ਆ। 5 ਕੋਲ ਹੀ ਆ, 2000 ਦੀ ਵੇਚਦਾ ਕੁੜੀ ਨੂੰ। ਚਲੋ, ਤਾਂ ਸਾਰੀ ਡਿਟੇਲ ਪਹੁੰਚ ਗਈ ਆ, ਹੁਣ ਇਹ ਆਪਣੀ ਕੰਪਲੇਂਟ ਅੰਦਰ ਦਰਜ ਕਰਾਉਣ ਚੱਲੇ ਆ, ਸ਼ਿਕਾਇਤ ਦਰਜ ਕਰਾਉਣ ਚੱਲੇ। ਉਮੀਦ ਕਰਦੇ ਹਾਂ ਕਿ ਇਹਨਾਂ ਨਾਲ ਇਨਸਾਫ ਹੋਵੇਗਾ, ਜਿਹੜਾ ਚੋਰ ਹੈ ਉਹ ਤਾਂ ਫੜ ਲਿਆ ਗਿਆ, ਵੀਰ ਦਾ ਵੀ ਅਸੀਂ ਧੰਨਵਾਦ ਕਰਦੇ ਜਿਸ ਵੀਰ ਨੇ ਫੜਿਆ, ਔਰ ਉਸ ਵੀਰ ਦਾ ਵੀ ਬਹੁਤ ਧੰਨਵਾਦ ਹੈ, ਬਹੁਤ ਸ਼ੁਕਰਗੁਜ਼ਾਰ ਹੈ, ਕਿਉਂਕਿ ਇਹ ਵੀ ਪਤਾ ਲੱਗਿਆ ਕਿ ਇਹਦੇ ਕੋਲ ਇੱਕ ਰੋਡ ਵੀ ਸੀਗੀ, ਉੱਤੇ ਵੀ ਹਮਲਾ ਕਰ ਸਕਦਾ ਜਦੋਂ ਉਹਨੇ ਫੜਿਆ, ਪਰ ਫਿਰ ਵੀ ਉਹਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਹੋਏ ਇਹਨੂੰ ਫੜਿਆ, ਔਰ ਉਸੇ ਵੇਲੇ ਸਾਨੂੰ ਕਾਲ ਵੀ ਕੀਤੀ
ਕਹਿੰਦਾ ਬੰਦਾ ਮੈਨੂੰ ਉਹੀ ਲੱਗਦਾ। ਤਸਵੀਰਾਂ ਤੁਸੀਂ ਦੇਖੋ, ਤਸਵੀਰਾਂ ਨਾਲ ਦੀ ਨਾਲ ਤੁਹਾਡੀ ਸਕਰੀਨ 'ਤੇ ਚੱਲ ਰਹੀਆਂ। ਇਹਦਾ ਨਾਮ ਗੁਲਸ਼ਨ ਕੁਮਾਰ ਹੈ ਔਰ ਜਲੰਧਰ ਤੋਂ ਆਉਂਦਾ ਅਤੇ ਇੱਥੇ ਆ ਕੇ ਘਟਨਾ ਨੂੰ ਅੰਜਾਮ ਦੇ ਕੇ ਚਲੇ ਜਾਂਦਾ। ਔਰ ਦੱਸ ਇਹ ਰਿਹਾ ਕਿ ਮੈਂ 2000 'ਚ ਸਕੂਟੀ ਵੇਚਦਾ, ਲੇਕਿਨ ਹਾਲੇ ਬਹੁਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ। ਇਹ ਸਕੂਟੀ 2000 'ਚ ਵੇਚਦਾ ਕਿ ਕਬਾੜੀਏ ਨਾਲ ਇਹ ਚੱਲ ਰਲ ਕੇ ਕੋਈ ਗਰੋਹ ਚਲਾਉਂਦਾ, ਇਸ ਚੀਜ਼ ਦੀ ਪੁਸ਼ਟੀ ਹੋਣੀ ਬਹੁਤ ਜ਼ਰੂਰੀ ਆ। ਔਰ ਪੁਲਿਸ ਜਿਹੜੀ ਆ ਤਫਤੀਸ਼ ਵਿੱਚ ਜੁਟੀ ਹੋਈ ਆ। ਉਮੀਦ ਕਰਦੇ ਹਾਂ ਬਹੁਤ ਜਲਦੀ ਜਿਹੜੇ ਹੋਰ ਭੇਦ ਖੁੱਲਣਗੇ ਅਤੇ ਜਿਹੜੇ ਇਹ ਆਮ ਲੋਕ ਆ ਮਾਯੂਸ ਚਿਹਰੇ ਆ ਇਹਨਾਂ 'ਤੇ ਖੁਸ਼ੀ ਹੋਊਗੀ, ਇਹਨਾਂ ਨੂੰ ਇਹਨਾਂ ਦੀ ਸਕੂਟੀਆਂ ਵਾਪਸ ਮਿਲਣਗੀਆਂ, ਰਿਕਵਰੀ ਹੋਵੇਗੀ ਔਰ ਇਨਸਾਫ ਹੋਵੇਗਾ। ਬੜੇ ਰਹਿਣ ਵਿਪਤੀ ਨਵਾਂ ਸ਼ਹਿਰ ਨੇ ਬੜੀ ਛੋਟੀ ਵਿਧਨੀ ਸੂਰੀ ਕੈਮਰਾ ਪਰਸਨ ਵਿੱਚ ਕੋਈ ਜਸ ਤੋਂ ਬੋਲ ਜਦ ਫਿਰ ਤੋਂ ਸਮਾਂਗੇ। ਸਤਿ ਸ਼੍ਰੀ ਅਕਾਲ ਰੱਬ ਰੱਖਾ।